Leute, Helsinki in den Nahen, wo wir Sakti, es ist der Schaden, wo es Sport kann, die Leute da, ja? Inspector Arvinder Pal Singh ji, S.C. ki duty nibha rahe ne Munna Pagri. So bahut bahut dhanwad Arvinder Pal Singh ji. Te naal unna de escort karke itthe lai ke gaye si, unna da vi bahut bahut dhanwad. ਲਓ ਜੀ ਤੀਸਰੀ ਕੁਸ਼ਤੀ ਤੁਹਾਡੇ ਸਾਹਮਣੇ ਚੱਲ ਰਹੀ ਹੈ। ਅਗਲੀ ਕੁਸ਼ਤੀ ਦੇ ਲੜਕੀਆਂ ਤਿਆਰ ਹਨ ਤੇ ਮੈਂ ਇੱਕ ਵਾਰੀ ਅੱਗੇ ਹੀ ਬੋਲ ਚੁੱਕਾ, ਇੱਕ ਵਾਰੀ ਫਿਰ ਮੈਂ ਅਪੀਲ ਕਰਦਾ ਲੜਕੀਆਂ ਨੂੰ, ਨਹੀਂ ਤਾਂ ਫਿਰ ਸਾਨੂੰ ਕੋਈ ਹੋਰ ਤਰੀਕਾ ਨਾ ਵਰਤਣਾ ਹੋਵੇ। ਲੜਕੀਆਂ ਨੂੰ ਕਿਹਾ ਵੀ ਸਿਰਫ ਇੱਕ ਲੜਕੀ ਜਿਹੜੀ ਕੋਚ ਕਰਦੀ ਉਹ ਰਵੇ, ਬਾਕੀ ਪਿੱਛੇ ਚੱਲੇ ਸਾਰੇ। ਔਰ ਇਹ ਲਾਲ ਕਾਸੇ ਨੂੰ ਬੈਠੀ ਕੁੜੀ ਉਹ ਕੌਣ ਆ? ਇੱਕ ਲਾਲ ਕਾਸੇ ਵਾਲੀ ਲੜਕੀ ਅੱਜ ਕੱਲ ਦੀ ਆ ਜਾਓ, ਬਾਹਰ ਆ ਜਾਓ, ਚੰਡੀ ਗੱਡੀ ਦੇ ਦੂਜੇ ਸਾਹਮਣੇ ਗੇਟ ਕੋਲ ਲੱਗ ਗਿਆ। ਜੋਸ਼ ਸੁਣਿਆ ਪੈਦਾ ਕਰੋ ਜੋਸ਼। ਫਿੰਗਰ ਫਿੰਗਰ ਓਕੇ, ਇਹ ਵੀ ਦੇਖਣ ਵਾਲਿਆਂ ਨੂੰ ਕੋਈ ਲੱਗੇ ਕੁਝ ਹੋ ਰਿਹਾ, ਫਿਰ ਥੋੜ੍ਹਾ ਬਣਾਇਆ ਕਰੋ ਕੁਛ, ਜਦ ਫਿਰ ਬਣਦਾ ਆ ਫਿਰ ਜਿਹੜੀ ਦਰਸ਼ਕ ਆ ਉਹ ਪੁੱਛਦੇ ਆ। ਜਾਵੇ ਕਿ ਕਿਹੜਾ ਗ੍ਰਿਪ ਤੇ ਰੱਖਾਂਗੇ, ਤੁਹਾਨੂੰ ਜਲਦ ਨਾ ਹੋਣ ਦੀ ਆਸ ਹੈ ਨਹੀਂ, ਉੱਥੋਂ ਛਡਾ ਦਿਆ ਕਰੋ ਘੁੰਮਾ। ਲਓ ਜੀ ਮਨਦੀਪ ਕੌਰ, ਮੋਗੇ ਤੋਂ ਗੁਰਸਿਮਰਨ ਕੌਰ ਤੇ ਪੰਜਾਬ ਦੇ ਵਿੱਚ ਜਿਹੜੇ ਲੜਕੀਆਂ ਦੇ ਸੈਂਟਰ ਆ ਉਹਨਾਂ ਦੀ ਗਿਣਤੀ ਕਾਫੀ ਘੱਟ ਆ। ਅਸੀਂ ਚਾਹੁੰਦੇ ਹਾਂ ਵੀ ਹਰੇਕ ਕਸਬੇ ਦੇ ਵਿੱਚ, ਹਰੇਕ ਪਿੰਡ ਦੇ ਵਿੱਚ ਬਹੁਤ ਹੀ ਵਧੀਆ ਕੁਸ਼ਤੀ ਕਰਨ ਦੋ ਵਾਰੀ ਕੀਤੀ ਸੀ, ਲੇਕਿਨ ਆਊਟਪੁੱਟ ਮੇਰੇ ਖਿਆਲ ਵਿੱਚ 19 ਉਹਦਾ ਟਾਈਮ ਹੋਇਆ, ਟਾਈਮ ਹੋਇਆ, ਟਾਈਮ ਟਾਈਮ ਹੋਇਆ, ਟਾਈਮ ਹੋਇਆ 19 1 ਫੋਰ ਐਂਡ 9 ਫੋਰ ਬਲੂ, 1-9 ਦਾ ਸਕੋਰ ਆ। ਜੇ ਤੁਸੀਂ 10 ਦਾ ਫਰਕ ਕਰ ਦਿੰਦੇ ਹੋ ਜੇ ਤੁਸੀਂ 10 ਦਾ
ਲਾਓ ਲਾਓ ਫਰਕ ਕਰ ਦਿੰਦੇ ਹੋ ਤਾਂ ਉਸੇ ਵੇਲੇ ਕੁਸ਼ਤੀ ਨੂੰ ਚਿੱਤ ਸਮਝਿਆ ਜਾਂਦਾ। ਲਓ ਜੀ ਇੱਕ ਮਿੰਟ ਦੀ ਰੈਸਟ ਤੋਂ ਬਾਅਦ ਦੋਨੋਂ ਲੜਕੀਆਂ ਦੁਬਾਰਾ ਮੈਟ ਤੇ ਜ਼ੋਰ ਅਜ਼ਮਾਈ ਕਰਨ ਲਈ ਪਹੁੰਚ ਚੁੱਕੀਆਂ। ਮਨਵੀਰ ਕੌਰ ਜਲੰਧਰ ਹਜੇ ਤੱਕ ਸਿਰਫ ਇੱਕ ਅੰਕ ਪ੍ਰਾਪਤ ਕਰ ਚੁੱਕੀ ਹੈ ਤੇ ਗੁਰਸਿਮਰਨ ਕੌਰ ਮੋਗਾ 9 ਪੁਆਇੰਟ ਉਸਨੇ ਆਪਣੀ ਕੁਸ਼ਤੀ ਵਿੱਚ ਪਾਏ ਨੇ ਤੇ ਜੇ 2 ਪੁਆਇੰਟ ਹੋਰ ਲੈ ਜਾਂਦੀ ਹੈ ਤੇ ਉਸ ਵੇਲੇ ਕੁਸ਼ਤੀ ਸਮਾਪਤ ਸਮਝੀ ਜਾਵੇਗੀ। ਅਗਲੀ ਕੁਸ਼ਤੀ ਦੇ ਵੀ ਲੜਕੀਆਂ ਸੰਦੀਪ ਕੌਰ ਤਰਨ ਤਾਰਨ ਕੌਰ ਫਾਜ਼ਿਲਕਾ ਇਹ ਵੀ ਲੜਕੀਆਂ ਤਿਆਰ ਹੋ ਕੇ ਮੈਚ ਦੇ ਲਾਗੇ ਰਹਿਣ। ਜਿਹੜਾ ਮੈਚ ਨੰਬਰ 2 ਆ ਉੱਥੇ ਜੇ ਲੜਕੀਆਂ ਵਾਰਮਿੰਗ ਅਪ ਕਰਨਾ ਚਾਹੁੰਦੀਆਂ ਉਹ ਉੱਥੇ ਕਰ ਸਕਦੀਆਂ। ਪੰਜਾਬੀ ਲਾਈਵ ਤੇ ਇਹ ਜਿਹੜੀ ਪੰਜਾਬ ਚੈਂਪੀਅਨਸ਼ਿਪ ਲਾਈਵ ਚੱਲ ਰਹੀ ਹੈ ਸੋ ਆਪਣੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਦੋਸਤਾਂ ਮਿੱਤਰਾਂ ਨੂੰ ਦੱਸ ਦਿਓ ਕਿ ਸਾਡੀਆਂ ਕੁਸ਼ਤੀਆਂ ਦੇਖਣੀਆਂ ਤਾਂ ਇਹ ਚੱਲ ਰਹੀ ਆ ਲਾਈਵ ਚੱਲ ਰਹੀ ਆ ਦੇਖ।